ਹੁਣ ਲੁਧਿਆਣਾ ਪੁਲਿਸ ਨੂੰ ਹੋਰ ਤੇਜ਼ੀ ਦਿਖਾਉਣੀ ਪਏਗੀ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੋਰ ਚੋਰੀ ਹੋਣਾ, ਵਾਰਦਾਤ ਹੋਣਾ ਆਮ ਗੱਲਾਂ ਹੋ ਗਈਆਂ ਨੇ। ਸੰਪਾਲ, ਕਿੰਨੇ ਵਜੇ ਗੱਡੀ ਖੜੀ ਕੀਤੀ ਇੱਥੇ? ਇੱਥੇ ਸ਼ਾਮ ਨੂੰ ਕੀਤੀ ਜੀ, 11 ਵਜੇ। 11 ਵਜੇ ਖੜੀ ਕੀਤੀ? ਹਾਂਜੀ। ਕੀ ਸੋਚ ਕੇ ਖੜੀ ਕੀਤੀ? ਕਿ ਆਪਣੀ ਦੁਕਾਨ ਦੇ ਅੱਗੇ ਸੇਫ ਹੈ। ਸੇਫ ਹੈ। ਥਾਣਾ ਲੱਗ ਗਿਆ? ਹਾਂਜੀ, ਥਾਣਾ ਲੱਗ ਗਿਆ। ਥਾਣਾ ਕਿੱਥੇ ਹੈਗਾ, ਕਿੰਨੀ ਦੂਰੀ ਤੇ ਹੈ? ਇਹ ਨਾਲ ਹੀ ਹੈ। ਲੱਗੇ ਹੀ ਹੈਗਾ? ਲੱਗੇ ਹੀ ਹੈ ਜੀ। ਲੇਕਿਨ ਜਦੋਂ ਗੱਡੀ ਕਿੰਨੇ ਵਜੇ ਲੈ ਕੇ ਗਏ? ਗੱਡੀ ਸਵੇਰੇ ਲੈ ਕੇ ਗਏ ਜੀ, 5 ਵਜੇ। 5 ਵਜੇ? ਹਾਂਜੀ। ਮਤਲਬ ਚਿੱਟੀ ਰੋਸ਼ਨੀ ਦੇ ਵਿੱਚ? ਹਾਂਜੀ। ਲੇਕਿਨ ਜਦੋਂ ਗੱਡੀ ਲੈ ਕੇ ਚਲੇ ਗਏ ਫਿਰ ਥਾਣੇ ਗਏ ਤੁਸੀਂ? ਹਾਂਜੀ, ਥਾਣੇ ਗਏ। ਕੀ ਕਹਿੰਦੇ ਥਾਣੇ ਵਾਲੇ? ਪਹਿਲੇ ਸਵੇਰੇ ਗਏ ਤਾਂ ਸਵੇਰੇ ਉਹਨਾਂ ਨੇ ਲਿਖਿਤ ਕਾਰਵਾਈ ਕੀਤੀ, ਮਤਲਬ ਕੰਪਿਊਟਰ 'ਚ ਕੋਈ ਨਹੀਂ ਕੀਤੀ, ਅਤੇ ਬਾਅਦ 'ਚ ਕਹਿੰਦੇ ਵੀ ਅਸੀਂ ਬਾਅਦ 'ਚ ਕਰਾਂਗੇ 2 ਵਜੇ। ਅਗਰ ਗੱਡੀ ਨਾਲ ਕੋਈ ਵਾਰਦਾਤ ਕਰਤੀ ਕਿਸੇ ਨੇ, ਜਾਂ ਕੋਈ ਲੁੱਟ ਖੋਹ ਕਰ ਲਈ ਤੇਰੀ ਗੱਡੀ ਦੇ ਨਾਲ, ਦੇਖੋ ਕੀ ਸਬੂਤ ਹੈਗਾ? ਮੇਰੇ ਕੋਲ ਕੋਈ ਕੁਛ ਵੀ ਨਹੀਂ ਹੈਗਾ ਥਾਣੇ ਵੱਲੋਂ। ਨਹੀਂ, ਥਾਣੇ ਵੱਲੋਂ ਕੁਛ ਨਹੀਂ, ਕੁਛ ਨਹੀਂ ਦਿੱਤਾ। ਸੇਫ ਕਿੱਥੇ ਹੋ ਤੁਸੀਂ? ਸੇਫ ਨਹੀਂ ਹੈ ਜੀ। ਨਹੀਂ, ਇਹ ਹੁਣ ਕੀ ਬਾਹਰ ਖੜਾ ਕਰਨਾ ਹੁਣ ਮੁਨਾਸਿਬ ਨਹੀਂ ਲੁਧਿਆਣੇ 'ਚ? ਇਹ ਮੁਨਾਫਿਸ ਤਾਂ ਹੈ ਨਹੀਂ ਗਾ ਸਰ, ਇੱਥੇ ਬਹੁਤ ਜ਼ਿਆਦਾ ਦਿੱਕਤਾਂ ਹੋ ਰਹੀਆਂ ਵਾ। ਇੱਥੇ ਚਿੱਟਾ ਪੀਣ ਵਾਲੇ ਬਹੁਤ ਬੰਦੇ ਘੁੰਮਦੇ ਆ, ਜਿਹੜੇ ਕਿ ਚਿੱਟਾ ਪੀਣ ਵਾਲਿਆਂ ਨੂੰ ਪੁਲਿਸ ਨੇ ਰੋਕਣਾ ਵਾ। ਇੱਥੇ ਗੱਡੀ ਇਹਨਾਂ ਦੀ ਖੜਦੀ ਸੀਗੀ, ਹਿਮਾਚਲ ਨੰਬਰ ਗੱਡੀ ਹੋਣ ਕਰਕੇ ਇਹਨਾਂ ਦੀ ਗੱਡੀ ਚੋਰੀ ਹੋ ਗਈ। ਉਹਨਾਂ ਨੇ ਸੋਚਿਆ ਵੀ ਬਾਹਰਲਾ ਨੰਬਰ ਆ। ਤੁਸੀਂ ਲੱਗਾ ਸੀ ਤੁਹਾਨੂੰ ਗੱਡੀ ਦੇ ਵਿੱਚ? ਮੇਰੇ ਖਿਆਲ GPS ਨਹੀਂ ਲੱਗਾ ਹੋਇਆ ਸੀਗਾ, ਇਹ ਲੇਬਰ ਕਲਾਸ ਦੇ ਬੰਦੇ ਆ, GPS ਇਹਨਾਂ ਨੇ ਕਿੱਥੋਂ ਲਾਣਾ ਸਰ ਗੱਡੀਆਂ ਦੇ ਵਿੱਚ? ਸਰ ਨੇ ਕਿਸ ਤਰ੍ਹਾਂ ਦੁਕਾਨ ਤੋਂ ਇੱਕ ਰੋਟੀ ਕਮਾਈ, ਇੱਕ ਸਾਧਨ ਬਣਾਇਆ, ਸਾਧਨ ਚੋਰ ਲੈ ਗਏ, ਹੁਣ ਤੂੰ ਕਿਸ ਜੋਗਾ ਰਹਿ ਗਿਆ ਬਾਈ? ਕਿਸ ਜੋਗਾ ਨਹੀਂ ਜੀ। ਲੁਧਿਆਣਾ ਦੇ ਦੇਖਣ ਵਾਲੇ ਤਮਾਮ ਦਰਸ਼ਕਾਂ ਸਵਾਗਤ ਹੈ। ਮੈਂ ਵਿਸ਼ਾਲ ਕਪੂਰ ਇਸ ਸਮੇਂ ਤਾਜਪੁਰ ਰੋਡ EWS ਕਲੋਨੀ ਦੇ ਉੱਤੇ ਮੌਜੂਦ ਹੈਗਾ, ਜਿੱਥੇ ਖੜਾ ਵੀ ਇਸ ਸਮੇਂ। ਇੱਥੇ ਰਾਤ ਨੂੰ ਇੱਕ ਐਸੀ ਵਾਰਦਾਤ ਹੁੰਦੀ ਹੈ ਕਿ ਘਰ ਦੇ ਬਾਹਰ, ਦੁਕਾਨ ਦੇ ਬਾਹਰ ਖੜੀ ਗੱਡੀ ਨੂੰ ਟੋ ਕਰਕੇ ਲੈ ਕੇ ਚਲੇ ਜਾਂਦੇ ਨੇ ਚੋਰ। ਲੇਕਿਨ ਤੁਹਾਨੂੰ ਆਹ ਦੱਸ ਦਈਏ, ਹੁਣ ਘਰ ਦੇ ਬਾਹਰ ਤੁਸੀਂ ਗੱਡੀ ਖੜੀ ਕਰਦੇ ਹੋ ਤਾਂ ਹੁਣ ਤੁਹਾਡੇ ਲਈ ਮੁਨਾਸਿਬ ਨਹੀਂ ਹੈ, ਕਿਉਂਕਿ ਥਾਣਾ 7 ਨੰਬਰ ਲਾਗੇ ਹੈ। ਇੱਥੋਂ ਆਹ ਕਿਹਾ ਜਾ ਸਕਦਾ ਕਿ ਕੁਛ ਦੂਰੀ ਵੀ ਨਹੀਂ, ਸਿਰਫ 50 ਮੀਟਰ ਦੀ ਦੂਰੀ ਉੱਤੇ ਥਾਣਾ 7 ਨੰਬਰ ਹੈ। ਲੇਕਿਨ ਇੱਥੋਂ ਰਾਤ ਨੂੰ ਤਕਰੀਬਨ ਜਿੱਥੇ ਸਾਡੀ ਗੱਡੀ ਖੜੀ ਹੋਈ ਹੈ, ਇੱਥੇ ਇੱਕ ਗੱਡੀ ਖੜੀ ਹੁੰਦੀ ਹੈ I-20, ਉਹਨੂੰ ਕਿਸ ਤਰ੍ਹਾਂ ਇੱਕ ਛਾਤਰ ਸਰਦਾਰ ਵਿਅਕਤੀ ਆਉਂਦਾ ਵੈ, ਉਹ ਪਹਿਲੇ ਟਾਇਰ ਦੇ ਕੋਲ ਬਹਿੰਦਾ ਵਾ, ਟਾਇਰ ਦੇ ਕੋਲ ਬੈਠਣ ਤੋਂ ਬਾਅਦ ਕਿਸ ਤਰ੍ਹਾਂ ਉਹ ਗੱਡੀ ਨੂੰ ਟੋਇੰਗ ਕਰਦਾ, ਉਹਦਾ ਬੋਨਟ ਖੋਲ੍ਹਦਾ, ਬੋਨਟ ਖੋਲ੍ਹਣ ਤੋਂ ਬਾਅਦ ਉਹਦੇ ਲੋਕ ਖੋਲ੍ਹਦਾ, ਲੋਕ ਖੋਲ੍ਹਣ ਤੋਂ ਬਾਅਦ ਗੱਡੀ ਪਿੱਛੋਂ ਆਉਂਦੀ ਹੈ, ਜਿਹਨੂੰ ਟੋ ਕਰਕੇ I-20 ਨੂੰ ਲੈ ਕੇ ਜਾਇਆ ਜਾਂਦਾ ਵੈ। ਲੇਕਿਨ ਥਾਣੇ ਸੂਬੇ ਦੀ ਕੰਪਲੇਂਟ ਕੀਤੀ ਹੋਈ ਹੈ, ਲੇਕਿਨ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੁੰਦੀ। ਜੋ ਮਾਲਕ ਹੈ ਮੌਜੂਦ ਹੈ, ਗੱਲਬਾਤ ਕਰਦੇ। ਕੀ ਨਾਮ ਹੈ? ਨਾਮ ਧਰਮਪਾਲ ਜੀ। ਧਰਮਪਾਲ, ਕਿੰਨੇ ਵਜੇ ਗੱਡੀ ਖੜੀ ਕੀਤੀ ਇੱਥੇ? ਇੱਥੇ ਸ਼ਾਮ ਨੂੰ ਕੀਤੀ ਜੀ, 11 ਵਜੇ। 11 ਵਜੇ ਖੜੀ ਕੀਤੀ? ਹਾਂਜੀ। ਕੀ ਸੋਚ ਕੇ ਖੜੀ ਕੀਤੀ? ਕਿ ਆਪਣੀ ਦੁਕਾਨ ਦੇ ਅੱਗੇ ਸੇਫ ਹੈ। ਸੇਫ ਹੈ। ਥਾਣਾ ਲੱਗ ਗਿਆ? ਹਾਂਜੀ, ਥਾਣਾ ਲੱਗ ਗਿਆ। ਥਾਣਾ ਕਿੱਥੇ ਹੈਗਾ, ਕਿੰਨੀ ਦੂਰੀ ਤੇ ਹੈ? ਇਹ ਨਾਲ ਹੀ ਹੈ ਜੀ, 500 ਮੀਟਰ ਹੋਏਗਾ ਜੀ। 500 ਮੀਟਰ ਜ਼ਿਆਦਾ ਕਹਿਤਾ? ਹਾਂਜੀ, 200 ਹੋਏਗਾ ਜੀ। ਹਾਂ, ਲੱਗੇ ਹੀ ਹੈਗਾ? ਲੱਗੇ ਹੀ ਜੀ, ਨਾਲ ਹੀ ਚੱਚਾ ਬੱਚਾ ਹੋਸਪਿਟਲ ਹੈ ਜੀ। ਹਾਂ, ਲੇਕਿਨ ਜਦੋਂ ਗੱਡੀ ਕਿੰਨੇ ਵਜੇ ਲੈ ਕੇ ਗਏ? ਮਤਲਬ ਗੱਡੀ ਸਵੇਰੇ ਲੈ ਕੇ ਗਏ ਜੀ, 5 ਵਜੇ। 5 ਵਜੇ? ਹਾਂਜੀ। ਮਤਲਬ ਚਿੱਟੀ ਰੋਸ਼ਨੀ ਦੇ ਵਿੱਚ? ਹਾਂਜੀ। ਤੇ ਮਤਲਬ ਕੌਣ ਸੀ ਇਹ ਬੰਦਾ? ਬੰਦਾ ਤਾਂ ਪਤਾ ਨਹੀਂ ਜੀ ਕੌਣ ਸੀ, ਕੋਈ ਪਤਾ? ਹਾਂਜੀ। ਨਹੀਂ, ਕਿੱਦਾਂ ਦਾ ਹਿੰਦੂ ਸੀ, ਸਰਦਾਰ ਸੀ, ਕੌਣ ਸੀ? ਮੂੰਹ ਬੰਨਿਆ ਜੀ, ਬਾਕੀ ਕੁਛ ਪਤਾ ਨਹੀਂ ਲੱਗਾ। ਹਾਂਜੀ, ਵੀਡੀਓ ਹੈ। ਹਾਂ। ਲੇਕਿਨ ਜਦੋਂ ਗੱਡੀ ਲੈ ਕੇ ਚਲੇ ਗਏ ਫਿਰ ਥਾਣੇ ਗਏ ਤੁਸੀਂ? ਹਾਂਜੀ, ਥਾਣੇ ਗਏ। ਕੀ ਕਹਿੰਦੇ ਥਾਣੇ ਵਾਲੇ? ਥਾਣੇ ਵਾਲੇ ਕਹਿੰਦੇ ਵੀ ਅਸੀਂ ਪਹਿਲੇ ਸਵੇਰੇ ਗਏ ਤਾਂ ਸਵੇਰੇ ਉਹਨਾਂ ਨੇ ਲਿਖਿਤ ਕਾਰਵਾਈ ਕੀਤੀ, ਮਤਲਬ ਕੰਪਿਊਟਰ 'ਚ ਕੋਈ ਨਹੀਂ ਕੀਤੀ, ਅਤੇ ਬਾਅਦ 'ਚ ਕਹਿੰਦੇ ਵੀ ਅਸੀਂ ਬਾਅਦ 'ਚ ਕਰਾਂਗੇ 2 ਵਜੇ। ਅਤੇ 2 ਵਜੇ ਅਸੀਂ ਹੁਣ ਗਏ ਵੀ ਉਹਨਾਂ ਨੇ ਕੀਤੀ ਕਾਰਵਾਈ, ਅਤੇ ਬਾਅਦ 'ਚ ਕਹਿੰਦੇ ਵੀ ਤੁਹਾਨੂੰ ਬਾਅਦ 'ਚ ਦਿੰਦੇ ਆ ਫੋਟੋ ਕਾਪੀ। ਹਾਲੇ ਤੱਕ ਫੋਟੋ ਕਾਪੀ ਨਹੀਂ ਦਿੱਤੀ, ਕਹਿੰਦੇ ਮੈਂ 2-3 ਵਾਰ ਗਿਆ ਵੀ, ਕਹਿੰਦੇ ਘੰਟੇ ਬਾਅਦ ਆਇਓ। ਅਗਰ ਗੱਡੀ ਨਾਲ ਕੋਈ ਵਾਰਦਾਤ ਕਰਤੀ ਕਿਸੇ ਨੇ, ਜਾਂ ਕੋਈ ਲੁੱਟ ਖੋਹ ਕਰ ਲਈ ਤੇਰੀ ਗੱਡੀ ਦੇ ਨਾਲ, ਦੇਖੋ ਕੀ ਸਬੂਤ ਹੈਗਾ? ਮੇਰੇ ਕੋਲ ਕੋਈ ਕੁਛ ਵੀ ਨਹੀਂ ਹੈਗਾ ਥਾਣੇ ਵੱਲੋਂ। ਨਹੀਂ, ਥਾਣੇ ਵੱਲੋਂ ਕੁਛ ਨਹੀਂ ਜੀ, ਕੁਛ ਨਹੀਂ ਦਿੱਤਾ ਉਹਨੇ। ਤੇ ਸੇਫ ਕਿੱਥੇ ਹੋ ਤੁਸੀਂ? ਸੇਫ ਨਹੀਂ ਹੈ ਜੀ। ਹੈਂ? ਨਹੀਂ ਹੈ ਜੀ। ਆਓ ਇੱਧਰ ਆਓ ਬਾਬਾ ਜੀ, ਤੁਸੀਂ ਇਹ ਬੰਦਾ ਇੱਧਰ ਆਓ। ਇਹ ਸੇਫ ਕਿੱਦਾਂ ਫਿਰ ਬੰਦਾ, ਘਰ ਦੇ ਬਾਹਰ, ਦੁਕਾਨ ਦੇ ਬਾਹਰ ਗੱਡੀ ਖੜੀ ਲੈ ਗਏ?
ਹਾਂ ਜੀ ਇਸ ਤੋਂ ਸਾਮ ਕੋ ਹਮਾਰੇ ਸਾਹਮਣੇ ਖੜੇ ਕੀਤੇ ਹਾਂ ਗੱਡੀ ਅੱਛਾ ਇਹ ਸਵੇਰ 5:01 ਗੱਡੀ ਲੈ ਗਏ ਗੱਡੀ ਲੈ ਗਏ 5:01 ਨਹੀਂ ਸੀ ਉਹਨਾਂ ਨੂੰ ਨਹੀਂ ਜੀ ਕੋਈ ਪਰਵਾਹ ਨਹੀਂ ਹੈ ਦੇਖੀ ਯਹਾਂ ਸੇ ਗੱਡੀ ਟਨ ਕੀ ਹੈ ਲੇਕਰ ਟੋਚਨ ਲਗਾ ਕੇ ਗੱਡੀ ਲੈ ਗਏ ਘੰਟੇ ਘੰਟਾ ਪੌਣ ਘੰਟਾ ਤੱਕ ਗੱਡੀ ਕੇ ਅੰਦਰ ਬੈਠਾ ਉਹ ਬੰਦਾ ਅੱਛਾ ਆਹੋ ਫੋਟੋ 'ਚ ਆਇਆ ਹੋਇਆ ਉਹ 2 ਘੰਟੇ ਤੱਕ ਬੈਠਾ ਉਸਕੇ ਅੰਦਰ ਸਰ ਪਹਿਲੇ ਆਇਆ ਉਧਰ ਸੇ ਆਇਆ ਸਰ ਪੈਰ ਕੇ ਨੀਚੇ ਬੈਠ ਗਿਆ ਪੈਰ ਕੇ ਨੀਚੇ ਬੈਠਾ ਉਸਕੇ ਬਾਅਦ ਪਿੱਛੇ ਗਿਆ ਇੰਡੀਕੇਟਰ ਜਲਾ 15 ਮਿੰਟ ਜਲਦਾ ਰਿਹਾ ਚਲਦਾ ਰਿਹਾ ਇੰਡੀਕੇਟਰ ਉਸਕੇ ਬਾਅਦ ਉਧਰ ਬਾਅਦ ਉਸਕੇ ਬਾਅਦ ਬੋਨਟ ਖੋਲਾ ਬੋਨਟ ਖੋਲਣੇ ਕੇ ਬਾਅਦ ਫਿਰ ਉਸਕੇ ਬਾਅਦ ਅੰਦਰ ਬੈਠਾ ਰਿਹਾ ਫਿਰ ਉਸਕੇ ਬਾਅਦ 15-20 ਮਿੰਟ ਅੰਦਰ ਬੈਠਾ ਰਿਹਾ ਫਿਰ ਧਰਮਪਾਲ ਕਾਰਵਾਈ ਕੀ ਕਰਾਵੇ ਥਾਣੇ ਵਾਲਿਆਂ ਦਾ ਕੁਛ ਕੀਤਾ ਨਹੀਂ ਟੂਲ ਟੈਕਸ ਦੇਖੋ ਹਮ ਕੈਸੇ ਜਾਏਂਗੇ ਅਕੇਲੇ ਬੋਲਦੇ ਗੱਡੀ ਕੋ ਬਾਤ ਹੀ ਉੱਤੋਂ ਤੁਸੀਂ ਕੋਸ਼ਿਸ਼ ਵੀ ਕਰੋ ਹਾਂਜੀ ਕੋਸ਼ਿਸ਼ ਕਰੋ ਤੁਸੀਂ ਇੱਥੇ ਹੀ ਪੈਂਦੇ ਉਧਰ ਆਓ ਤੁਸੀਂ ਇੱਥੇ ਹੀ ਹੁੰਦੇ ਹੋ ਇੱਧਰ ਆਓ ਨਹੀਂ ਇਹ ਹੁਣ ਕੀ ਬਾਹਰ ਖੜਾ ਕਰਨਾ ਹੁਣ ਮੁਨਾਸਿਬ ਨਹੀਂ ਲੁਧਿਆਣੇ 'ਚ ਇਹ ਮੁਨਾਫਿਸ ਤਾਂ ਹੈ ਨਹੀਂਗਾ ਸਰ ਇੱਥੇ ਬਹੁਤ ਜ਼ਿਆਦਾ ਦਿੱਕਤਾਂ ਹੋ ਰਹੀਆਂ ਵਾ ਇੱਥੇ ਚਿੱਟਾ ਪੀਣ ਵਾਲੇ ਬਹੁਤ ਬੰਦੇ ਘੁੰਮਦੇ ਆ ਜਿਹੜੇ ਕਿ ਚਿੱਟਾ ਪੀਣ ਵਾਲਿਆਂ ਨੂੰ ਪੁਲਿਸ ਨੇ ਰੋਕਣਾ ਵਾ ਇੱਥੇ ਗੱਡੀ ਇਹਨਾਂ ਦੀ ਖੜਦੀ ਸੀਗੀ ਹਿਮਾਚਲ ਨੰਬਰ ਗੱਡੀ ਹੋਣ ਕਰਕੇ ਇਹਨਾਂ ਦੀ ਗੱਡੀ ਚੋਰੀ ਹੋ ਗਈ ਉਹਨਾਂ ਨੇ ਸੋਚਿਆ ਵੀ ਬਾਹਰਲਾ ਨੰਬਰ ਆ ਅਤੇ GPS ਨਹੀਂ ਲੱਗਾ ਸੀ ਗੱਡੀ ਦੇ ਵਿੱਚ ਮੇਰੇ ਖਿਆਲ GPS ਨਹੀਂ ਲੱਗਾ ਹੋਇਆ ਸੀਗਾ ਇਹ ਲੇਬਰ ਕਲਾਸ ਦੇ ਬੰਦੇ ਆ GPS ਇਹਨਾਂ ਨੇ ਕਿੱਥੋਂ ਲਾਉਣਾ ਸਰ ਗੱਡੀਆਂ ਦੇ ਵਿੱਚ ਨਾ ਇਹਨਾਂ ਨੂੰ ਜ਼ਰੂਰਤ ਹੈਗੀ ਆ ਨਹੀਂ ਵਿਚਾਰੇ ਨੇ ਕਿਸ ਤਰ੍ਹਾਂ ਦੁਕਾਨ ਤੋਂ ਇੱਕ ਰੋਟੀ ਕਮਾਈ ਇੱਕ ਸਾਧਨ ਬਣਾਇਆ ਸਾਧਨ ਚੋਰ ਲੈ ਗਏ ਹੁਣ ਤੂੰ ਕਿਸ ਜੋਗਾ ਰਹਿ ਗਿਆ ਬਾਈ ਕਿਸ ਜੋਗਾ ਜੀ ਮੇਰਾ ਆਪਰੇਸ਼ਨ ਹੋਇਆ ਜੀ ਹਲੇ ਹੁਣ 5-6 ਮਹੀਨੇ ਪਹਿਲੇ ਬਹੁਤ ਵੱਡਾ ਆਪਰੇਸ਼ਨ ਹੋਇਆ ਕੀਮੋ ਲੱਗਦੀ ਮੈਨੂੰ ਮੈਂ ਹੁਣ ਉਹ 4 ਦਿਨ ਪਹਿਲੇ ਮਤਲਬ ਮੈਂ ਗਿਆ ਮੇਰੇ ਸਾਧੂ ਸਾਹਿਬ ਦੇ ਜਿਹੜੇ ਫਾਦਰ ਸਾਹਿਬ ਉਹਨਾਂ ਦੀ ਪੈਰ ਕੱਟਣਾ ਪਿਆ ਤੁਸੀਂ ਗਵਾਂਢੀ ਹੋ ਇਹ ਕਿਸ ਤਰ੍ਹਾਂ ਫੇ ਵਿਚਾਰਾ ਕਰੇ ਰੋਜ਼ਗਾਰ ਕੀ ਕਰੇਗਾ ਹੁਣ ਗੱਡੀ ਚੱਲੇਗੀ ਹੁਣ ਗੱਡੀ ਤਾਂ ਮਿਲਣ ਦੀ ਆਸ ਨਹੀਂ ਇਹ ਤਾਂ ਆਪ ਲੋਕ ਕੋ ਕਰਨਾ ਚਾਹੀਏ ਸਰ ਅਸੀਂ ਕੀ ਕਰਨਾ ਅਸੀਂ ਮੁਲਾਜ਼ਮ ਥੋੜੀ ਨਾ ਹੈਗੇ ਅਸੀਂ ਤਾਂ ਖਬਰ ਚਲਾ ਸਕਦੇ ਲੱਭ ਜੇ ਨੰਬਰ ਕੀ ਹੈਗਾ ਗੱਡੀ ਦਾ HP 12 0676 M0676 ਉੱਧਰ ਹੋ ਜਾ ਯਾਰ ਕੈਮਰਾਮੈਨ ਫੜ ਲੈ ਲੈ ਅੱਛਾ ਫੇਰ ਹਾਂਜੀ ਨਹੀਂ ਹੁਣ ਜਦੋਂ ਥਾਣੇ ਗਿਆ ਮੈਂ ਕਿੰਨੇ ਵਜੇ ਬੁਲਾਇਆ ਕਹਿੰਦੇ ਘੰਟੇ ਬਾਅਦ ਆਓ ਘੰਟੇ ਬਾਅਦ ਹਾਂਜੀ SHO ਨੂੰ ਮਿਲੇ ਹੋ ਨਹੀਂ SHO ਨੂੰ ਕੋ ਕੋਣ ਹੈ ਦੂਸਰੇ SI ਸੁਖਵਿੰਦਰ ਸਾਹਿਬ ਸੁਖਵਿੰਦਰ ਸਾਹਿਬ ਜੀ ਲੇਕਿਨ ਮੰਗ ਕੀ ਹੈ ਯਾਰ ਕਿਸ ਤਰ੍ਹਾਂ ਮਿਲੇਗੀ ਤੁਹਾਨੂੰ ਸਾਡੇ ਪ੍ਰਸ਼ਾਸਨ ਅੱਗੇ ਮੰਗ ਹੈ ਸਰ ਕਿ ਸਾਡੀ ਗੱਡੀ ਦਵਾਈ ਜਾਵੇ ਚੋਰਾਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਸਰ ਬਹੁਤ ਜ਼ਿਆਦਾ ਧੱਕਾ ਵਾ ਸਰ ਬਿਮਾਰ ਆਦਮੀ ਹੈ ਆਪਣੇ ਸਾਧੂ ਦੀ ਮਦਦ ਕਰਨ ਲਈ ਇੱਥੇ ਦੁਕਾਨ 'ਤੇ ਕੁਛ ਦਿਨ ਲਈ ਕੰਮ ਕਰਨ ਲਈ ਆਇਆ ਸੀ ਹਿਮਾਚਲ ਤੋਂ ਇਹ ਤਾਂ ਆਪ ਪੇਸ਼ੈਂਟ ਹੈਗਾ ਵਾ ਇਹਨਾਂ ਦੇ ਘਰੇ ਪ੍ਰੋਬਲਮ ਚੱਲਦੀ ਸੀ ਉਹਨਾਂ ਨੂੰ ਮਿਲਣ ਲਈ ਇੱਥੇ ਆਇਆ ਵੀ ਮੈਂ 4 ਦਿਨ ਤੁਹਾਡੇ ਨਾਲ ਦੁਕਾਨ 'ਤੇ ਕਢਾ ਦਿੰਦਾ ਵਾ ਬਿਲਕੁਲ ਇਹ ਉਹ ਸ਼ਖਸ ਹੈ ਵਿਚਾਰਾ ਜਿਹੜਾ ਗੱਡੀ ਆਪਣੀ ਦੁਕਾਨ ਦੇ ਅੱਗੇ ਖੜੀ ਕਰਦਾ ਕਿ ਗੱਡੀ ਦੁਕਾਨ ਦੇ ਅੱਗੇ ਸੇਫ ਹੈਗੀ ਹੈ ਹੁਣ ਬੰਦਾ ਆਹੀ ਸੋਚ ਕੇ ਖੜੀ ਕਰਦਾ ਵੈ ਕਿ ਘਰ ਦੇ ਅੱਗੇ ਸੇਫ ਹੈ ਗੱਡੀ ਲੇਕਿਨ ਉਹ ਚੋਰ ਜਿਹੜੇ ਨੇ ਜੋ ਕਿਹਾ ਜਾ ਸਕਦਾ ਨਸ਼ੇੜੀ ਜਿਹਨਾਂ ਨੂੰ ਕਿਹਾ ਜਾ ਸਕਦਾ ਜੋ ਆਉਂਦੇ ਨੇ ਗੱਡੀ ਕਿਸ ਤਰ੍ਹਾਂ ਪਹਿਲੇ ਟਾਇਰ ਦੇ ਕੋਲ ਕੋਈ ਤਾਰ ਖੋਲਦੇ ਨੇ ਫਿਰ ਉਸ ਤੋਂ ਬਾਅਦ ਉਹਦਾ ਬੋਨਟ ਖੋਲਦੇ ਫਿਰ ਗੱਡੀ ਦੇ ਵਿੱਚ ਦਾਖਲ ਹੋ ਕੇ ਬਹਿੰਦੇ ਨੇ ਫਿਰ ਇੱਕ ਗੱਡੀ ਹੋਰ ਆਉਂਦੀ ਟੋਇੰਗ ਕਰਕੇ ਲੈ ਜਾਂਦੀ ਹੈ ਥਾਣਾ ਲੱਗ ਗਿਆ ਲੇਕਿਨ ਥਾਣੇ ਵੱਲੋਂ ਵੀ ਵਿਚਾਰੇ ਸ਼ਖਸ ਦਾ ਕਹਿਣਾ ਕਿ ਕੋਈ ਕਾਰਵਾਈ ਨਹੀਂ ਹੁੰਦੀ ਆਪਰੇਸ਼ਨ ਦਾ ਹੋਇਆ ਪਿਆ ਵੈ ਗੱਡੀ ਹਿਮਾਚਲ ਨੰਬਰ ਦੀ ਹੈ ਲੇਕਿਨ ਲੱਫੂ ਚੱਕਰ ਚੋਰ ਇੱਦਾਂ ਹੋਏ ਨੇ ਜਿੱਦਾਂ ਉਹਨਾਂ ਨੂੰ ਕਿਸੇ ਪੁਲਿਸ ਪ੍ਰਸ਼ਾਸਨ ਦੀ ਕੋਈ ਵੀ ਚਿੰਤਾ ਨਾ ਹੋਵੇ ਲੇਕਿਨ ਖਾਕੀ ਦਾ ਖੋਫ ਜਿਹੜਾ ਖਤਮ ਹੋ ਰਿਹਾ ਸੀ ਲੁਟੇਰਿਆਂ ਦੇ ਉੱਤੇ ਜਿਹੜੇ ਲੁਟੇਰੇ ਦਿਨ ਦਿਹਾੜੇ ਚਿੱਟੀ ਰੋਸ਼ਨੀ ਦੇ ਵਿੱਚ ਇੱਕ ਹਿਮਾਚਲ ਨੰਬਰ ਦੀ ਗੱਡੀ ਨੂੰ ਲੈ ਕੇ ਲੁਧਿਆਣਾ ਦੇ EWS ਕਲੋਨੀ 'ਚੋਂ ਲੈ ਕੇ ਲੱਫੂ ਚੱਕਰ ਹੋ ਗਏ ਹੁਣ ਦੇਖਦੇ ਆ ਪੁਲਿਸ ਦੇ ਵਿੱਚ ਕੀ ਬਿਆਨ ਦਿੰਦੀ ਹੈ ਸੱਚੇ ਕਹਾਂ ਸੱਚੋ ਥਾਣਾ ਡਿਵੀਜ਼ਨ ਨੰਬਰ 7 ਤੋਂ ਗੱਲ ਕਰ ਰਹੇ ਹੋ ਹਾਂਜੀ ਸਰ EWS ਕਲੋਨੀ 'ਚੋਂ ਕਾਰ ਚੋਰੀ ਹੋ ਗਈ ਹੋਣੀ ਹੈ I-20 ਹਿਮਾਚਲ ਨੰਬਰ ਦੀ ਹਲਵਾਈ ਦੇ ਦੁਕਾਨ ਦੇ ਬਾਹਰੋਂ ਕੀ ਮਾਮਲਾ ਕੀ ਹੈ ਉਹ ਵੀਡੀਓ ਚੈੱਕ ਕੀਤਾ ਕੋ ਬੰਦੇ ਲੈ ਗਏ ਆ ਉਹਨੂੰ ਟੋਚਨ ਕਰਕੇ ਗੱਡੀ ਦੇ ਮਗਰ ਕਾਰ ਦੇ ਨਵਾ ਗੱਡੀ ਦੇ ਮਗਰ ਜੀ ਤੇ ਉਹ ਅਸੀਂ ਕੀ ਫੋਟੇਜ ਵਗੈਰਾ ਸਾਰੀਆਂ ਚੈੱਕ ਕਰ ਰਹੇ ਹਾਂ ਤੇ ਉਹ ਫੋਟੇਜ ਦੇ ਆਧਾਰ ਤੇ ਸਾਨੂੰ ਪਤਾ ਲੱਗਾ ਵੀ ਸ਼ਾਇਦ ਇੱਧਰ ਨੂੰ ਸੰਗਰੂਰ ਰੋਡ ਤੇ ਗਈ ਹੈ
ਲੇਕਿਨ ਸਰ ਉਹ ਸ਼ਖਸ ਬੇਚਾਰਾ ਉਹਦਾ ਇਲਾਜ ਹੋਇਆ ਪਿਆ ਵਾ, ਥਾਣਾ ਲਾਗੇ ਹੈਗਾ ਵਾ, ਲੇਕਿਨ ਥਾਣੇ ਦੇ ਕੁਛ ਮੀਟਰ ਦੀ ਦੂਰੀ ਤੇ ਚੋਰ ਇੰਨੇ ਸਕ੍ਰਿਯ ਹੋ ਗਏ ਕਿ ਗੱਡੀ ਚੱਕ ਕੇ ਲੈ ਗਏ। ਹਾਂਜੀ ਸਰ, ਕਰਦੇ ਹਾਂ ਤਹਿਕੀਕਾਤ ਵੀ, ਬੰਦੇ ਇੱਥੇ ਕਿਵੇਂ ਪਹੁੰਚ ਗਏ ਉਹ ਸਾਰਾ ਮਤਲਬ ਤਫਤੀਸ਼ ਦਾ ਵਿਸ਼ਾ ਹੋ ਸਕਦਾ ਸਰ। ਜੀ, ਮਤਲਬ ਇਸ ਸ਼ਖਸ ਨੂੰ ਕਦੋਂ ਤੱਕ ਇਨਸਾਫ਼ ਮਿਲ ਜੂਗਾ ਸਰ? ਬਸ ਮੈਂ ਕਹਿੰਦਾ ਸਭ ਪੂਰੇ ਤਨਦੇਹੀ ਨਾਲ ਕਰਦੇ ਹਾਂ ਕੋਈ ਐਸੀ। ਲੇਕਿਨ ਸਰ ਇਸ ਸ਼ਖਸ ਦਾ ਕਹਿਣਾ ਹੈ ਕਿ ਮੈਂ ਥਾਣੇ ਦੇ ਲਗਾਤਾਰ ਗੇੜੇ ਕਰ ਰਿਹਾ ਤੁਹਾਡੇ ਸੁਖਵਿੰਦਰ ਜੀ, ਮੈਨੂੰ ਕੋਈ ਪੱਕੀ ਇਨਫੋਰਮੇਸ਼ਨ? ਅਜੇ ਤੱਕ ਤਾਂ ਮੈਨੂੰ ਅਜੇ ਤੱਕ ਮਿਲੇ ਵੀ ਨਹੀਂ ਗੇ। ਸੁਖਵਿੰਦਰ ਸਿੰਘ ਨੂੰ ਮਿਲੇ ਸੀ, ਉਹਨਾਂ ਨੇ ਮੈਨੂੰ ਦੱਸਿਆ ਜੀ, ਉਹਨਾਂ ਨੇ ਬਿਆਨ ਲਿਖ ਲਿਆ, ਅਸੀਂ ਜੋ ਬਣਦੀ ਕਾਨੂੰਨੀ ਕਾਰਵਾਈ ਕਰਦੇ। ਮਤਲਬ ਜਲਦ ਦੀ ਗੱਡੀ ਟਰੇਸ ਕਰ ਲਈ ਜਾਊਗੀ? ਬਿਲਕੁਲ ਬਿਲਕੁਲ ਬਿਲਕੁਲ। ਠੀਕ ਹੈ ਸਰ, ਬਹੁਤ ਬਹੁਤ ਸ਼ੁਕਰੀਆ। ਸਖਸ ਦੀ ਗੱਡੀ I-20 ਚੋਰੀ ਹੋਈ ਹੈ, ਉਸ ਦੁਕਾਨ ਦੇ ਵਿੱਚ ਅਸੀਂ ਮੌਜੂਦ ਹਾਂ, ਉੱਥੇ ਹੀ ਅਸੀਂ ਥਾਣਾ ਡਿਵੀਜ਼ਨ ਨੰਬਰ 7 ਦੇ SHO ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲਗਾਤਾਰ ਵੀਡੀਓ ਖੰਗਾਲੀ ਜਾ ਰਹੀ ਹੈ, ਜਲਦੀ ਜਿਹੜੇ ਚੋਰ ਨੇ ਉਹਨਾਂ ਨੂੰ ਟਰੇਸ ਕਰ ਲਿੱਤਾ ਜਾਊਗਾ ਅਤੇ ਗੱਡੀ ਜਿਹੜੀ ਹੈ ਮਾਲਕ ਨੂੰ ਦਿੱਤੀ ਜਾਊਗੀ। ਲੇਕਿਨ ਇਹਦੇ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਆਖਿਰ ਚੋਰਾਂ ਦੀ ਮੁਸਤੈਦੀ ਕਿੰਨੀ ਵੱਧ ਚੁੱਕੀ ਹੈ? ਦੁਕਾਨ ਦੇ ਬਾਹਰ ਖੜੀ ਗੱਡੀ ਜਾਂ ਘਰ ਦੇ ਬਾਹਰ ਖੜੀ ਗੱਡੀ ਹੁਣ ਸੇਫ ਨਹੀਂ ਹੈ? ਸੇਫ ਇਸ ਕਰਕੇ ਨਹੀਂ ਹੈ ਕਿਉਂਕਿ ਚੋਰ ਜਿਹੜੇ ਨੇ ਕਦੀ ਵੀ ਦਹਿਸ਼ਤਗਰਦੀ ਆਪਣੀ ਦਿਖਾ ਸਕਦੇ ਨੇ। ਹੁਣ ਲੁਧਿਆਣਾ ਪੁਲਿਸ ਨੂੰ ਹੋਰ ਤੇਜ਼ੀ ਦਿਖਾਉਣੀ ਪਏਗੀ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੋਰ ਚੋਰੀ ਹੋਣਾ, ਵਾਰਦਾਤ ਹੋਣਾ ਆਮ ਗੱਲਾਂ ਹੋ ਗਈਆਂ ਨੇ। ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।